ਇਹਨਾਂ ਸਾਰੇ 73 ਬੰਦਿਆਂ ਦੇ ਵਿੱਚ ਅਗਰ ਕੋਈ ਪਰਫਾਰਮ ਕਰਕੇ ਉਹਨਾਂ ਦੇ ਦਿਲ ਨੂੰ ਜਿੱਤੇ ਤੇ ਉਹ ਕਹਿਣ ਕਿ ਇਸ ਤਰ੍ਹਾਂ ਦੀ ਕਸ਼ਿਸ਼ਮਈ ਆਵਾਜ਼ ਜ਼ਿੰਦਗੀ ਵਿੱਚ ਕਦੇ ਕਦੇ ਸੁਣਨ ਨੂੰ ਮਿਲਦੀ ਹੈ ਤੇ ਸੱਚਮੁੱਚ ਸਭ ਲੋਕ ਕਹਿੰਦੇ ਵੀ ਇਹ ਕਿਸੇ ਦੀਆਂ ਦੁਆਵਾਂ ਨੇ, ਇਹ ਕਿਸੇ ਮਾਂ ਦੀ ਮੁਹੱਬਤ ਹੈ, ਕਿਸੇ ਬਾਪੂ ਦਾ ਸੱਚਾ ਸੁੱਚਾ ਪਿਆਰ ਹੈ। ਐਜ਼ ਏ ਡਾਕਟਰ, ਦੰਦਾਂ ਦੇ ਡਾਕਟਰ ਨੇ, ਅਗਰ ਕਿਸੇ ਮੇਰੀ ਭੈਣ ਦੇ, ਮੇਰੇ ਵੀਰ ਦੇ ਦੰਦ ਖਰਾਬ ਤਾਂ ਡਰੈਸ ਲੈ ਲਿਓ, ਦੰਦਾਂ ਨੂੰ ਕੋਈ ਪ੍ਰੋਬਲਮ ਆਈ ਹੈ ਤੇ ਜੇ ਕੋਈ ਚੰਗਾ ਬੰਦਾ ਇਹਨਾਂ ਦੇ ਮਤਲਬ ਗੱਲ ਦਿਲ 'ਚ ਆ ਜਾਏ ਨਾ ਤੇ ਉਹਨਾਂ ਦਾ ਇਲਾਜ ਫ੍ਰੀ ਕਰ ਦਿੰਦੇ ਆ। ਪੱਕੀ ਗੱਲ ਕਰ ਲਿਓ, ਮੈਂ ਕਾਰਡ ਤੁਹਾਨੂੰ ਦੇ ਦਾਂਗਾ ਤੇ ਦੰਦਾਂ ਦਾ ਇਲਾਜ ਵੀ ਵਧੀਆ, ਪਟਿਆਲੇ ਜਾਣਾ ਪੈਣਾ ਬਸ, ਇੰਨੀ ਕੀ ਗੱਲ ਹੈ। ਪਰ ਗਾਉਂਦੇ ਵੀ ਇੰਨਾ ਸੁਰਚ ਹੈ, ਸੱਚੀ ਮੁੱਚੀ ਸਵਾਦ ਆ ਜਾਂਦਾ। ਆਓ ਆਓ, ਗਲੇ ਮੇਂ ਜਿਨਕੇ ਅਜੀਬ ਸੀ ਬਰਕਤ ਹੈ, ਜਬ ਗੁਨਗੁਨਾਤੇ ਹੈ ਤੋ ਵੇਲੇ ਕੇ ਫੂਲ ਖਿਲਤੇ ਹੈ। ਸੱਚਮੁੱਚ ਦਿਲਾਂ ਨੂੰ ਮੋਹ ਲੈਣ ਵਾਲੀ ਸੁਰਮਈ ਸੰਗੀਤ ਦੀ ਅੱਜ ਦੀ ਇਸ ਖੂਬਸੂਰਤ ਰਾਤ ਨੂੰ ਹੋਰ ਵੀ ਜ਼ਿਆਦਾ ਸੁਰਮਈ ਕਰਨ ਲਈ, ਮਾਂ ਦਾ ਗੁਣਗਾਨ ਕਰਨ ਵਾਸਤੇ ਤੁਹਾਡੀਆਂ ਪਿਆਰੀਆਂ ਜ਼ੋਰਦਾਰ ਤਾਲੀਆਂ ਦੇ ਵਿਚਕਾਰ ਸੁਰੀਲੇ ਫਨਕਾਰ ਆਵਾਜ਼ ਪੰਜਾਬ ਦੀ ਔਨ ਸਿਟੀ ਸਾਈਂ, ਉਹਨਾਂ ਨੂੰ ਸਮਰਪਿਤ ਬਹੁਤ ਸਾਰੀਆਂ ਭੇਟਾਂ ਦੇ ਨਾਲ ਦਿੱਲੀ ਪੰਜਾਬ ਵਿੱਚ ਜਿਹਨਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸੋ ਜ਼ੋਰਦਾਰ ਤਾਲੀ ਵਿਚਕਾਰ ਮਿਲਾ ਰਹੇ ਜੀ ਤੁਹਾਡੇ ਆਪਣੇ ਸੁਮੰਗਲ ਅਰੋੜਾ ਜੀ, ਅਰੋੜਾ ਜੀ। ਪੰਛੀ ਉਹ ਆਕਾਸ਼ ਵਿੱਚ ਉੱਡ ਸਕਦਾ ਜਿਹਦੇ ਪਰਾਂ ਦੇ ਵਿੱਚ ਪਰਵਾਜ਼ ਹੋਵੇ, ਹਸਤੀ ਮਸਤੀ ਦੀ ਉਹੀ ਸੰਭਾਲ ਸਕਦਾ ਜਿਹਨੂੰ ਆਉਂਦਾ ਹਕੀਕਤ ਦਾ ਰਾਜ ਹੋਵੇ। ਉਸ ਤੋਂ ਵੱਡਾ ਹੈ ਕੌਣ ਨਸੀਬ ਵਾਲਾ ਜਿਹਨੂੰ ਗੁਰੂ ਤੋਂ ਹਾਸਲ ਨਿਆਜ਼ ਹੋਵੇ, ਉਹੀ ਸਕਦਾ ਕੀਲ ਸਰੋਤਿਆਂ ਨੂੰ ਜਿਸਦੀ ਖੂਬਸੂਰਤ ਆਵਾਜ਼ ਹੋਵੇ। ਇੱਕ ਪਿਆਰੀ ਖੂਬਸੂਰਤ ਆਵਾਜ਼ ਲਈ ਜ਼ੋਰਦਾਰ ਤਾਲੀ ਹੋਣੀ ਚਾਹੀਦੀ ਹੈ, ਜਿਸ ਆਵਾਜ਼ ਦਾ ਨਾਮ ਪੰਜਾਬ ਦੇ ਵਿੱਚ ਸਭ ਲੋਕ ਜਾਣਦੇ, ਜਿਹਨਾਂ ਨੇ ਆਵਾਜ਼ ਪੰਜਾਬੀ MH1 ਚੈਨਲ 'ਤੇ ਪਹਿਲਾ ਕੰਟੈਸਟ ਸ਼ੁਰੂ ਹੋਇਆ ਸੀ ਉਹ ਜਿੱਤ ਕੇ ਵੱਡਾ ਨਾਮ ਕਮਾਇਆ। ਸੋ ਜ਼ੋਰਦਾਰ ਤਾਲੀਆਂ ਦੇ ਨਾਲ ਸੁਮੰਗਲ ਅਰੋੜਾ ਜੀ, ਆਪ ਸਭ ਦੇ ਰੁਕ ਰੁਕ ਆਪ ਸਭ ਦੇ ਰੁਕ 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 ਜਸਟ ਬਸ ਹਨੀ ਹਨੀ ਹਾਂ ਹੈ।